ਸਤਿ ਸ਼੍ਰੀ ਅਕਾਲ ਦੋਸਤੋ, ਡੀਕੋਕ ਜਲੰਧਰ ਤੇ ਸਾਡੇ ਕੋਲ ਅੱਜ ਹੈ ਅਲਟੋ K10 ਕਾਰ ਆਈ ਸੀਗੀ, ਤਕਰੀਬਨ ਕਿੰਨੀ ਚੱਲੀ ਸਰ? ਭਾਜੀ 81,000 ਕਿਲੋਮੀਟਰ ਚੱਲੀ, 81,000 ਕਿਲੋਮੀਟਰ ਰਨ ਹੈ। ਤੇ ਇਹ ਭਾਜੀ ਸਪੈਸ਼ਲ ਸਾਡੀ ਵੀਡੀਓ ਦੇਖ ਕੇ ਹਿਮਾਚਲ ਤੋਂ ਆਏ ਸੀਗੇ, ਰਾਜਕੁਮਾਰ ਜੀ ਇਹਨਾਂ ਦਾ ਨਾਮ ਹੈ, ਰੇਲਵੇ ਵਿੱਚ ਜੋਬ ਕਰਦੇ, ਸਰਕਾਰੀ ਨੌਕਰੀ ਇਹਨਾਂ ਦੀ। ਇਹ ਬੜੀ ਦੇਰ ਦੀ ਸਾਡੀ ਵੀਡੀਓ ਦੇਖ ਰਹੇ ਸੀਗੇ ਤੇ ਵੀਡੀਓ ਵੇਖਦੇ ਵੇਖਦੇ ਫਿਰ ਫੋਨ ਆਇਆ, ਕਹਿੰਦੇ ਆਪਾਂ ਕਾਰ ਕਰਵਾਉਣੀ ਹੈ, ਇੱਦਾਂ ਇੱਦਾਂ ਪ੍ਰੋਬਲਮ, ਪਿਕਅਪ ਦੀ ਪ੍ਰੋਬਲਮ ਹੈ ਕਾਰ 'ਚ। ਤੁਹਾਨੂੰ ਪਤਾ ਪੈਟਰੋਲ ਗੱਡੀ 'ਚ ਧੂੰਏ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ, ਉਹ ਨਹੀਂ ਆਉਂਦੀ, ਪਿਕਅਪ ਦੀ ਪ੍ਰੋਬਲਮ ਸ਼ੋਅ ਕਰਦੀ ਹੈ। ਅਤੇ ਭਾਅ ਜੀ ਆਏ, ਆਪਾਂ ਇਹਨਾਂ ਦਾ ਕਾਰ 'ਤੇ ਡੀਕਾਰਬਨਾਈਜ਼ ਕਰ ਦਿੱਤਾ। ਪਹਿਲੇ ਇਹਨਾਂ ਦੀ ਪਿਕਅਪ ਦੀ ਪ੍ਰੋਬਲਮ ਸੀ ਹਿਮਾਚਲ ਵਿੱਚ, ਤੁਹਾਨੂੰ ਜਿੱਦਾਂ ਪਤਾ ਚੜ੍ਹਾਈ ਹੁੰਦੀ ਹੈ, ਅਤੇ ਉਹਦੇ ਵਿੱਚ ਇਹਨਾਂ ਨੂੰ ਸਮੱਸਿਆ ਆ ਰਹੀ ਸੀਗੀ। ਡੀਕਾਰਬਨਾਈਜ਼ ਕਰਨ ਤੋਂ ਬਾਅਦ ਫਿਰ ਭਾਅ ਜੀ ਨੂੰ ਆਪਾਂ ਸਪੈਸ਼ਲ ਉੱਥੇ ਲੈ ਕੇ ਗਏ, ਫਲਾਈਓਵਰ ਜਿਹੜੇ ਸਾਡੇ ਲਾਗੇ ਛਾਗੇ ਫਲਾਈਓਵਰ ਸੀ ਨਾ, ਉੱਥੇ ਲੈ ਕੇ ਗਏ ਹਾਂ। ਉੱਥੇ ਜਾ ਕੇ ਉਹਨਾਂ ਨੂੰ ਦਿਖਾਇਆ ਕਿ ਹੁਣ ਤੁਸੀਂ ਚੈੱਕ ਕਰੋ ਕਿ ਇਹ ਤੁਹਾਨੂੰ ਹਿਮਾਚਲ ਵਾਲੀ ਫੀਲ ਆਏਗੀ ਕਿਉਂਕਿ ਤੁਸੀਂ ਚੜ੍ਹਾਈ ਚੜ੍ਹ ਰਹੇ ਹੋ, ਅਤੇ ਦੱਸੋ ਕੀ ਫਰਕ ਆਇਆ ਜਾਂ ਨਹੀਂ ਆਇਆ। ਭਾਅ ਜੀ ਦੱਸਣਗੇ, ਭਾਅ ਜੀ ਦੱਸਿਓ ਯਾਰ, ਪਹਿਲੇ ਗੱਡੀ 'ਚ ਕੀ ਪ੍ਰੋਬਲਮ ਸੀ ਅਤੇ ਹੁਣ ਕੀ ਫਰਕ ਆ ਗਿਆ? ਪਹਿਲਾਂ ਥੋੜ੍ਹਾ ਪਿਕਅਪ ਦੀ ਪ੍ਰੋਬਲਮ ਸੀ, ਜਿਹੜਾ ਰਸਤਾ ਹੈ ਜਿਹੜਾ ਹਿਮਾਚਲ ਦਾ, ਜਿਹਦਾ ਤੁਹਾਨੂੰ ਪਤਾ ਹੀ ਹੈ, ਹਾਂਜੀ, ਸਾਰਾ ਹਿੱਲੀ ਏਰੀਆ ਹੈ, ਪਿਕਅਪ ਪਿਕਅਪ ਤੀਜੇ ਗੇਅਰ 'ਚ ਪ੍ਰੋਬਲਮ ਆਉਂਦੀ ਸੀਗੀ, ਠੀਕ ਹੈ, ਜਿੱਦਾਂ ਵਾਰ ਵਾਰ ਗੇਅਰ ਚੇਂਜ ਕਰਨਾ ਪੈਂਦਾ ਸੀਗਾ, ਠੀਕ ਹੈ ਠੀਕ ਹੈ, ਨਾਲੇ ਥੋੜ੍ਹਾ ਐਵਰੇਜ ਦਾ ਵੀ ਫਰਕ ਸੀਗਾ, ਐਵਰੇਜ ਥੋੜ੍ਹੀ ਲੋ ਹੋ ਗਈ ਸੀ 3-4 ਓਕੇ ਓਕੇ ਐਵਰੇਜ ਦਾ, ਤਾਂ ਚਲੋ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਹੈ, ਉਹ ਤਾਂ ਚੱਲ ਕੇ ਪਤਾ ਲੱਗੇਗਾ, ਹੁਣ ਇਹਨੇ ਪਤਾ ਲੱਗੇਗਾ ਪਿਕਅਪ ਦਾ, ਉਹ ਪੂਰਾ ਫੁੱਲੀ ਸੈਟੀਸਫਾਈਡ ਹੈ, ਮਤਲਬ ਹਿਮਾਚਲ ਦੇ ਵਿੱਚ ਆਪਾਂ ਤੁਹਾਨੂੰ ਸਪੈਸ਼ਲ ਫਲਾਈਓਵਰ ਤੇ ਲੈ ਕੇ ਗਏ ਸੀ ਜਿਹਦੀ ਤਿੱਖੀ ਚੜ੍ਹਾਈ ਸੀਗੀ, ਉੱਥੇ ਭਾਜੀ ਨੂੰ ਮੈਂ ਕਹਿ ਤਾ ਭਾਜੀ ਥਰਡ ਗੇਅਰ ਤੇ ਚੜ੍ਹਾਣੀ ਆਪਾਂ ਗੱਡੀ, ਆਪਾਂ ਫਸਟ ਤੇ ਨਹੀਂ ਚੜ੍ਹਾਣੀ, ਸੈਕਿੰਡ ਤੇ ਚੜ੍ਹਾਣੀ, 20 ਦੀ ਸਪੀਡ ਤੇ ਵੀ ਬਿਲਕੁਲ ਆਰਾਮ ਨਾਲ ਚੜ੍ਹ ਗਈ ਹੈ, 20 ਦੀ ਸਪੀਡ ਤੇ ਥਰਡ ਗੇਅਰ ਪਾ ਕੇ ਆਰਾਮ ਨਾਲ ਚੜ੍ਹੀ ਹੈ। ਭਾਜੀ ਕਹਿ ਰਹੇ ਸੀ ਪਹਿਲੇ ਕੀ ਹੁੰਦੀ ਸੀਗੀ, ਅਗਰ ਤੀਸਰੇ ਗੇਅਰ ਤੇ ਇਦਾਂ ਕਰ ਗੱਡੀ ਬੰਪਿੰਗ ਕਰਨ ਲੱਗ ਜਾਂਦੀ, ਬੰਪਿੰਗ ਉਹ ਲੋਅਰ ਗੇਅਰ ਮੰਗਦੀ ਸੀ, ਹਾਂ ਝਟਕੇ ਮਾਰਦੀ ਸੀਗੀ ਗੱਡੀ। ਹੁਣ ਦੇਖ ਲਓ, ਹੁਣ ਕਾਰ ਭਾਜੀ ਦੱਸ ਰਹੇ ਆਪਾਂ ਲੈ ਕੇ ਵੀ ਗਏ ਹਾਂ ਫਲਾਈਓਵਰ ਤੇ ਵੀ, ਹੁਣ ਪਿਕਅਪ ਦੀ ਪ੍ਰੋਬਲਮ ਬਿਲਕੁਲ ਸੋਲਵ ਹੋ ਚੁੱਕੀ ਹੋਈ ਹੈ। ਜੇ ਤੁਸੀਂ ਵੀ ਆਪਣੀ ਕਾਰ ਦੀ ਡੀਕਾਰਬਨਾਈਜ਼ ਕਰਵਾਉਣੀ ਹੈ ਤੇ ਸਕਰੀਨ ਦੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ। ਸਾਡੀ ਬ੍ਰਾਂਚ ਜਲੰਧਰ, ਲੁਧਿਆਣਾ, ਖੰਨਾ, ਦੁਰਾਹਾ, ਖਰੜ, ਨਿਊ ਦਿੱਲੀ, ਬਠਿੰਡਾ, ਆਦਮਪੁਰ, ਬਰਨਾਲਾ, ਸੋਰੀ ਬਠਿੰਡਾ ਨਹੀਂ, ਬਰਨਾਲਾ, ਆਦਮਪੁਰ ਔਰ ਇੱਕ ਫਰੀਦਕੋਟ ਦੇ ਵਿੱਚ ਹੈ। ਹੋਰ ਵੀ ਬ੍ਰਾਂਚਿਸ ਆ ਰਹੀ ਹੈ, ਤੁਹਾਨੂੰ ਅਪਡੇਟ ਕਰਾਂਗੇ। ਧੰਨਵਾਦ ਜੀ ਸਾਰਿਆਂ ਦਾ।